ਬਾਬੇ ਦਾ ਕੈਂਠਾ ਚੋਰੀ ਹੋ ਗਿਆ ਹੈ। ਜੀ ਹਾਂ, ਡੇਰੇ ਦੇ ਅੰਦਰ ਦਿਨ ਦਿਹਾੜੇ ਇਹ ਸ਼ਖਸ ਜੋ ਤਸਵੀਰਾਂ ਦੇ ਵਿੱਚ ਤੁਹਾਨੂੰ ਦੇਖ ਰਿਹਾ ਹੈ, ਪਹਿਲਾਂ ਤਾਂ ਡੇਰੇ ਅੰਦਰ ਮੱਥਾ ਟੇਕਣ ਦੀ ਐਕਟਿੰਗ ਕਰਦਾ ਹੈ, ਉਸ ਤੋਂ ਬਾਅਦ ਬਾਬੇ ਦੇ ਡੇਰੇ ਅੰਦਰ ਮੂਰਤੀਆਂ 'ਤੇ ਲੱਗੇ ਹੋਏ ਸੋਨੇ ਦੇ ਗਹਿਣੇ ਚੋਰੀ ਕਰ ਲੈਂਦਾ ਹੈ, ਜਿਨ੍ਹਾਂ ਦੇ ਵਿੱਚ ਬਾਬੇ ਦਾ ਇੱਕ ਕੈਂਠਾ ਵੀ ਹੁੰਦਾ ਹੈ। ਸੋਨੇ ਦਾ ਕੈਂਠਾ ਅਤੇ ਹੋਰ ਗਹਿਣੇ ਚੋਰੀ ਕਰਕੇ ਲੈ ਗਿਆ ਇਹ ਚੋਰ। CCTV ਦੇ ਅੰਦਰ ਇਹ ਸਾਰੀ ਘਟਨਾ ਜਿਹੜੀ ਆ ਉਹ ਕੈਦ ਹੋ ਗਈ ਆ। ਤਾਂ ਦੱਸ ਦਈਏ ਕਿ ਮਾਮਲਾ ਤਰਨ ਤਾਰਨ ਦੇ ਝਬਾਲ ਅਧੀਨ ਪਿੰਡ ਆਉਂਦੇ ਠੱਠਾ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਡੇਰਾ ਬਾਬਾ ਖੁਸ਼ੀਆਂ ਦਾਸ ਵਿਖੇ ਅਣਪਛਾਤੇ ਵਿਅਕਤੀ ਦੇ ਵੱਲੋਂ ਦਿਨ ਦਿਹਾੜੇ ਫਿਲਮੀ ਅੰਦਾਜ਼ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਚੋਰੀ ਕਰਨ ਆਏ ਵਿਅਕਤੀ ਦੇ ਵੱਲੋਂ ਡੇਰਾ ਵਿਖੇ ਲੱਗੀਆਂ ਮੂਰਤੀਆਂ ਦੇ ਗਲੇ ਵਿੱਚੋਂ ਸੋਨੇ ਦੇ ਕੈਂਠੇ ਚੋਰੀ ਕਰ ਲਏ ਗਏ ਨੇ। ਜੀ ਹਾਂ, ਬਾਬੇ ਦੇ ਕੈਂਠੇ ਚੋਰੀ ਕਰਕੇ ਲੈ ਗਿਆ ਇਹ ਚੋਰ। ਦਰਅਸਲ 10:12 'ਤੇ ਦਾਖਲ ਹੁੰਦਾ ਹੈ ਡੇਰੇ ਅੰਦਰ ਅਤੇ 10:19 'ਤੇ ਬਾਹਰ ਵੀ ਚਲਾ ਜਾਂਦਾ ਹੈ ਡੇਰੇ ਤੋਂ। ਮਹਿਜ਼ 7 ਦੇ ਅੰਦਰ ਇਸਨੇ ਇਸ ਘਟਨਾ ਨੂੰ, ਇਸ ਚੋਰੀ ਨੂੰ ਅੰਜਾਮ ਦਿੱਤਾ ਹੈ। ਝਬਾਲ ਦੀ ਪੁਲਿਸ ਦੇ ਵੱਲੋਂ ਜਿਹੜਾ ਬਾਬਾ ਨੇ, ਸੇਵਾਦਾਰ ਬਾਬਾ ਹੀਰਾ ਸਿੰਘ ਦੇ ਬਿਆਨਾਂ 'ਤੇ ਮਾਮਲਾ ਵੀ ਦਰਜ ਕਰ ਲਿਆ ਹੈ ਅਤੇ ਇਸ ਚੋਰ ਨੂੰ ਲੱਭਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਧਿਆਨ ਨਾਲ ਦੇਖੋ ਇਸ ਦੀ ਤਸਵੀਰ, ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਕਿ ਐਡਾ ਵੱਡਾ ਜ਼ੁਰਮ ਕਰਨ ਵਾਲੇ ਨੂੰ, ਜੋ ਕਿ ਡੇਰਿਆਂ ਨੂੰ ਵੀ ਨਹੀਂ ਛੱਡ ਰਹੇ ਚੋਰ, ਗੁਰਦੁਆਰਿਆਂ ਨੂੰ ਵੀ ਨਹੀਂ ਛੱਡ ਰਹੇ, ਹਰ ਥਾਂ 'ਤੇ ਚੋਰੀ ਹੋ ਰਹੀ ਹੈ, ਅਤੇ ਤੁਸੀਂ ਅੰਦਾਜ਼ਾ ਇਸੇ ਗੱਲ ਤੋਂ ਲਗਾ ਸਕਦੇ ਹੋ ਕਿ ਸੂਬੇ ਦੇ ਵਿੱਚ ਬੇਰੁਜ਼ਗਾਰੀ ਅਤੇ ਨਸ਼ਾ ਕਿੰਨੀ ਤੇਜ਼ੀ ਦੇ ਨਾਲ ਵੱਧ ਰਿਹਾ ਹੈ। ਇਹ ਸ਼ਖਸ ਦੇਖਣ ਦੇ ਵਿੱਚ ਦੇਖੋ ਕਿੰਜਦਾ ਲੱਗਦਾ ਹੈ। ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ, ਤਾਂ ਕਿ ਪੁਲਿਸ ਦੀ ਹੈਲਪ ਹੋ ਜਾਏ ਇਸ ਨੂੰ ਲੱਭਣ ਦੇ ਵਿੱਚ। ਪਰ ਤਸਵੀਰਾਂ ਤਰਨ ਤਾਰਨ ਦੇ ਪਿੰਡ ਠੱਠਾ ਦੀਆਂ, ਜਿੱਥੇ ਡੇਰਾ ਬਾਬਾ ਖੁਸ਼ੀਆਂ ਦਾਸ ਵਿਖੇ ਬਾਬੇ ਦੀਆਂ ਮੂਰਤੀਆਂ 'ਤੇ ਕੈਂਠੇ ਚੜਾਏ ਹੋਏ ਸਨ ਸੋਨੇ ਦੇ, ਉਹ ਚੋਰੀ ਕਰਕੇ ਲੈ ਗਿਆ ਇਹ ਚੋਰ। ਵੀ ਜੀ, ਇਹ ਸਥਾਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਸਾਡੇ ਸਾਧੂ ਹੋਏ ਆ, ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ, ਉਹਨਾਂ ਦੀ ਸੰਪਰਦਾ ਦੇ ਵਿੱਚੋਂ ਇਹ ਬਾਬਾ ਸ਼੍ਰੀ ਚੰਦ ਦਾ ਸਥਾਨ ਆ। ਅਸੀਂ ਬਾਬਾ ਹੀਰਾ ਸਿੰਘ ਜੀ ਹਾਂ, ਸਾਡੇ ਮੌਜੂਦਾ ਮੁਖੀ ਮਾਤਾ ਜੀ ਮਾਤਾ ਬਲਬੀਰ ਕੌਰ ਜੀ ਆ, ਜਿੰਨੇ ਰਹਿਣ ਮਾਈ ਹੇਠ ਸਾਰਾ ਇਹ ਸੰਪਰਦਾ ਜਿਹੜੇ ਚੱਲ ਰਹੇ ਆ, ਜਿੰਨੇ ਵੀ ਸਥਾਨ ਸਾਡੇ ਸਾਰਿਆਂ ਦੇ ਮੁਖੀ ਸਾਡੇ ਮਾਤਾ ਜੀ ਆ। ਸੋ ਇਹ ਸਾਡੇ ਇਹ ਸਾਡੇ ਨਾਲ ਇਹ ਭਾਣਾ ਇੱਕ ਵਾਪਰਿਆ 17 ਤਰੀਕ ਨੂੰ। 17 ਤਰੀਕ ਨੂੰ ਸਾਡੇ ਨਾ ਸ਼ੁਰੂ ਲਾ ਤੋਂ ਮਰਜ਼ਾਦਾ ਸਾਡੇ ਵੱਡੇ ਮਹਾਂਪੁਰਖਾਂ ਦੇ, ਬਾਬਾ ਖੁਸ਼ੀਆ ਦਾਸ ਜੀ ਦੇ, ਮਾਤਾ ਸੀਤਾ ਜੀ ਉਹਨਾਂ ਦੇ ਨਾ ਪ੍ਰਾਤਨੀ ਬਾਬਾ ਜੀ ਟਾਈਮ ਤੋਂ ਉਹਨਾਂ ਦੇ ਗਲ 'ਚ ਕੈਂਠੇ ਪਾਏ ਆ। ਉਹ ਇਸ ਤਰ੍ਹਾਂ ਹੀ ਆ ਕਿ ਉਹ ਕੈਂਠੇ ਜਦੋਂ ਸੇਵਾ ਸਾਡੇ ਸਿੰਘ ਕਰਦੇ ਆ, ਉਤਾਰ ਕੇ ਫਿਰ ਵਸਤਰ ਪਾ ਕੇ ਉਹਨਾਂ ਨੂੰ, ਅਤੇ ਫਿਰ ਜਿਹੜੇ ਉਹ ਕੈਂਠੇ ਨਵੇਂ ਉਤਰਾ ਹੀ ਮਤਲਬ ਜਿਸ ਤਰ੍ਹਾਂ ਆਪਾਂ ਉਤਰਾ ਪਾ ਦਿੰਦੇ ਆ। ਫਿਰ ਕੀ ਆ ਕੇ 17 ਤਰੀਕ ਨੂੰ ਇੱਕ ਸਿੰਘ ਆਉਂਦਾ ਵਾ, ਉਹ ਇਹ ਬੜੀ ਉਹ ਪਿਆਰ ਨਾਲ ਆਉਂਦਾ ਵਾ, ਆਪਣੀ ਉਹ ਇਸ ਤਰ੍ਹਾਂ ਸ਼ਰਧਾ ਦੇ ਵਿੱਚ ਆਉਂਦਾ ਕਿ ਉਹਨੇ ਸਾਡੇ ਸਿੰਘਾਂ ਨੂੰ ਮਹਿਸੂਸ ਨਹੀਂ ਹੁੰਦਾ ਕਿ ਮੈਂ ਚੋਰੀ ਕਰਨ ਵਾਸਤੇ ਆਇਆ ਚਾਹੇ ਮੈਂ ਚੋਰ ਹਾਂ। ਉਹ ਬਾਹਰੋਂ ਉਸ ਤੋਂ ਆਣ ਕੇ ਆਪਣੇ ਜੋੜੇ ਤਾਰਦਾ ਵਾ, ਗਾਡੀ ਨਿਸ਼ਾਨ ਸਾਹਿਬ ਲੱਗਾ ਵਾ, ਉਹਨੂੰ ਨਮਸਕਾਰ ਕਰਦਾ ਵਾ, ਗਾਡੀ ਸਾਡੇ ਸੰਤਾਂ ਦਾ ਸਮਾਧਾ ਬਾਬਾ ਖੁਸ਼ੀਆ ਦਾਸ ਮਹਾਰਾਜ ਜੀ ਦਾ, ਉੱਥੇ ਨਮਸਕਾਰ ਕਰਦਾ, ਉਹਦੀਆਂ ਪਰਿਕਰਮਾ ਕਰਦਾ ਵਾ। ਉਸ ਤੋਂ ਉਪਰੰਤ ਸਾਡੇ ਕਿਤੇ ਪ੍ਰਕਾਸ਼ ਹੈ ਗੁਰੂ ਮਹਾਰਾਜ ਜੀ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਉੱਥੇ ਆਉਂਦਾ ਵਾ, ਉੱਥੇ ਆਣ ਕੇ ਉਹ ਨਮਸਕਾਰ ਕਰਦਾ, ਨਮਸਕਾਰ ਕਰਕੇ ਉਹਦੀਆਂ ਪਰਿਕਰਮਾ ਕਰਦਾ ਘੇਰੇ ਘੇਰੇ ਗੁਰੂ ਮਹਾਰਾਜ ਜੀ ਦੀਆਂ। ਉੱਥੇ ਸਾਡਾ ਹੁਕਮਨਾਮਾ ਸਾਹਿਬ ਡੇਲੀ ਦੀ ਤਰ੍ਹਾਂ ਲਿਖਿਆ ਹੁੰਦਾ ਵਾ, ਹੁਕਮਨਾਮਾ ਸਾਹਿਬ ਨੂੰ ਪੜ੍ਹ ਕੇ ਲਾਗੇ ਜੋਤ ਗੁਰੂ ਮਹਾਰਾਜ ਦੀ ਚੱਲਦੀ ਆ, ਉੱਥੇ ਨਮਸਕਾਰ ਕਰਕੇ ਅਤੇ ਮੱਥਾ ਟੇਕ ਕੇ ਜਿੱਥੇ ਗਾੜੀ ਸੰਤਾਂ ਦੇ ਸਾਡੇ ਸਰੂਪ ਆ ਬਾਬਾ ਖੁਸ਼ੀਆ ਦਾਸ ਜੀ ਅਤੇ ਮਾਤਾ ਸੀਤਾ ਜੀ ਦੀ, ਇੱਥੇ ਆ ਜਾਂਦਾ ਵਾ। ਇੱਥੇ ਆਣ ਕੇ ਨਮਸਕਾਰ ਕਰਕੇ ਅਤੇ ਮੁੜ ਕੇ ਸਾਡੇ ਪੱਕੇ ਸੇਵਕ ਉੱਥੇ ਬੈਠੇ ਆ ਪ੍ਰਸ਼ਾਦ 'ਤੇ, ਸ਼ੁਰੂਆਤ ਤੋਂ ਜਿਸ ਤਰ੍ਹਾਂ ਸਾਡੀ ਸਾਰੀ ਮਰਜ਼ਾਦਾ ਚੱਲੀ ਆ ਰਹੀ ਆ, ਉਹਨਾਂ ਨੂੰ ਜਾ ਕੇ ਪੁੱਛਦਾ ਕਿ ਬਾਬਾ ਜੀ ਮੈਂ ਚਾਹ ਛੱਡਣੀ ਆ। ਸਾਡੇ ਸਿੰਘਾਂ ਨੇ ਇਹ ਗੱਲ ਆ ਕਿ ਵੀ ਚਾਹ ਵੀ ਅਤੇ ਪ੍ਰਸ਼ਾਦ ਉੱਥੇ ਲੰਗਰ ਦੇ ਵਿੱਚ ਆ, ਗੁਰਮੁਖਾਂ ਉੱਥੇ ਲੰਗਰ ਦੇ ਵਿੱਚ ਚੱਲ ਜਾਓ, ਉੱਥੋਂ ਛਕੋ ਜਾ ਕੇ। ਉੱਥੇ ਵੀ ਜੋ ਲੰਗਰ ਦੇ ਵਿੱਚ ਜਾਂਦਾ ਉੱਥੇ ਨਾ ਚਾਹ ਛਕਦਾ ਨਾ ਪ੍ਰਸ਼ਾਦਾ ਛਕਦਾ, ਉੱਥੇ ਸਾਡੇ ਜਾਂਦੇ ਨੂੰ ਵੱਡੇ ਮਹਾਂਪੁਰਖ ਬੈਠੇ ਹੁੰਦੇ ਆਸਣ 'ਤੇ, ਉਹਨਾਂ ਨੂੰ ਮੱਥਾ ਟੇਕ ਕੇ ਆਉਂਦਾ ਕਿ ਮਾਤਾ ਜੀ ਮੈਂ ਚਾਹ ਛਕਣੀ, ਉਹ ਤਾਂ ਪੁੱਤ ਬਹਿ ਜਾਓ ਥੱਪੜ ਵਿਛਿਆ ਵਾ।
ਤੇ ਉਹ ਜਦੋਂ ਆਉਂਦੇ ਪੁੱਤ ਬਹਿ ਜਾਓ ਤੱਪੜ ਵਿਛਾ ਤੇ ਉਹਨਾਂ ਨੂੰ ਆਉਂਦਾ ਕਿ ਮੇਰੇ ਬਾਪੂ ਨੇ ਨਾਲ ਮੈਂ ਬਾਪੂ ਨੂੰ ਲੈ ਆਵਾਂ। ਉਹਨਾਂ ਨੂੰ ਬਾਪੂ ਦਾ ਪੱਜ ਮਾਰ ਕੇ ਪੈਰ ਤੋਂ ਭੌਂਦਾ, ਪੈਰ ਤੋਂ ਭੌਂ ਕੇ ਆਣ ਕੇ ਫਿਰ ਇੱਥੇ ਹੀ ਕਰਦਾ ਵਾ। ਇੱਥੇ ਸੰਤਾਂ ਦੇ ਗੱਲ ਦੇ ਵਿੱਚੋਂ, ਮਾਤਾ ਸੀਤਾ ਦੀ ਜੀ ਗੱਲ ਦੇ ਵਿੱਚੋਂ, ਬਾਬਾ ਖੁਸ਼ੀਆ ਦਾਸ ਚੋਂ, ਇਹ ਦੋਨੇ ਕੈਂਠੇ ਤਾਰ ਕੇ ਤੇ ਇੱਧਰ ਨੂੰ ਜਿੱਥੇ ਸਾਡੇ ਗੁਰੂ ਮਹਾਰਾਜ ਦਾ ਪ੍ਰਕਾਸ਼ ਏ ਦੀ ਵੇਦੀ ਨਾ ਕੇ ਧਮਕੜੀ ਤੌਰ 'ਤੇ ਫਿਰ ਬਾਹਰ ਚੱਲ ਜਾਂਦਾ ਵਾ। ਉਹ 10:12 ਬਾਰਾਂ ਮਿੰਟਾਂ 'ਤੇ ਆਉਂਦਾ ਵਾ, 10:19 ਦੇ ਵਿੱਚ ਸਮਝ ਲਓ ਵੀ 6-7 ਮਿੰਟਾਂ ਸਾਰੇ ਕੰਮ ਕਰਕੇ ਤੇ ਬਾਹਰ ਚੱਲ ਜਾਂਦਾ ਵਾ। 10:25 ਮਿੰਟਾਂ 'ਤੇ ਅਸੀਂ ਆ ਜਾਂਦੇ ਇੱਥੇ ਡੇਰੇ ਦੇ ਵਿੱਚ, ਅਸੀਂ ਕਿਸੇ ਸਮਾਗਮ 'ਤੇ ਗਏ ਹੁੰਦੇ ਹਾਂ। ਅਸੀਂ ਆਣ ਕੇ ਆਪਣੇ ਬਾਬਾ ਜੀ, ਸਾਡੇ ਬਾਬੇ ਅਵਤਾਰ ਸਿੰਘ ਜੀ, ਉਹਨਾਂ ਨੂੰ ਪੁੱਛਦੇ ਹਾਂ ਵੀ ਗੁਰਮੁਖੋ ਵੀ ਆਪਣੇ ਕੈਂਠੇ ਗੜਾਂ ਦੇ ਵਿੱਚ ਨਹੀਂ ਮਹਾਂਪੁਰਖਾਂ ਦੇ ਕਿੱਥੇ ਆ? ਇਹ ਕਹਿੰਦੇ ਬਾਬਾ ਜੀ ਆਪਾਂ ਕੱਲ੍ਹ ਸੇਵਾ ਕੀਤੀ ਕੈਂਠੇ ਸੇਰੇ ਵੀ ਆਪਾਂ ਹੈਗੇ ਜੋ ਅੰਮ੍ਰਿਤ ਵੇਲੇ ਨਿਤਨੇਮ ਕੀਤਾ ਵਾ। ਚਲੋ ਜਦੋਂ ਸਾਡੇ ਵੱਡੇ ਮਹਾਂਪੁਰਖਾਂ ਨੂੰ ਪੁੱਛਿਆ, ਉਹ ਆਉਂਦੇ ਵੀ ਸਾਰੇ ਕਾਲੇ ਹੋਏ ਕਰਤੱਵ ਧਰਤੇ ਇਹੋ ਕਰਦੇ ਸਾਰੀ ਸੇਵਾ ਅੰਦਰ ਦੀ, ਉਹਨਾਂ ਨੂੰ ਪੁੱਛਿਆ ਹੈਗਾ ਪੁੱਛਿਆ, ਉਹ ਕਹਿੰਦੇ ਵੀ ਕੈਂਠੇ ਗਲ ਪਾਏ। ਉਸ ਤੋਂ ਬਾਅਦ ਕੀ ਕੀਤਾ, ਜਿਹੜੇ ਸਾਡੇ ਸੇਵਾਦਾਰ ਉੱਥੇ ਬੈਠੇ ਆ ਪ੍ਰਸ਼ਾਦ 'ਤੇ, ਉਹਨਾਂ ਨੂੰ ਪੁੱਛਿਆ ਵੀ ਸਾਡੀ ਗਹਿਰਾਈ ਦੇ ਵਿੱਚ ਕੌਣ ਆਇਆ ਵਾ? ਸਾਨੂੰ ਕਹਿਣ ਲੱਗੇ ਬਾਬਾ ਜੀ ਧਰ ਤੋਂ 5-4 ਮਿੰਟ ਪਹਿਲਾਂ ਇੱਕ ਚਿੱਟੇ ਉਹਨੇ ਗਲ ਦੇ ਵਿੱਚ ਸਾਫੇ ਦੀ ਬੁੱਕਲ ਮਾਰੀ, ਸਿਰ 'ਤੇ ਉਹਨੇ ਜਿਹੜਾ ਚਿੱਟਾ ਰੁਮਾਲ ਬਧਾਈ, ਉਹ ਇੱਕ ਸਿੰਘ ਆਇਆ ਵਾ। ਅਤੇ ਉਹ ਮਤਲਬ ਉਸ ਤੋਂ ਬਾਅਦ ਕੋਈ ਸਿੰਘ ਨਹੀਂ ਆਇਆ, ਉਹ ਵੀ ਉਤਾਰ ਕੇ ਲੈ ਗਿਆ ਸਾਡੇ ਹਿਸਾਬ ਨਾਲ ਸਾਨੂੰ ਉਹ ਸਿੰਘ ਆਉਂਦੇ। ਅਸੀਂ ਉਹਨਾਂ ਨੂੰ ਕਿਹਾ ਇਸ ਤਰ੍ਹਾਂ ਕਰੀਏ ਆਪਾਂ ਕਲੀਅਰ ਕਰੀਏ ਕੈਮਰੇ, ਅਸੀਂ ਉਸੇ ਵੇਲੇ ਕੈਮਰਿਆਂ ਦੇ ਵਿੱਚ CCTV ਵੇਖਿਆ ਵਾ, ਉਹਦੇ ਵਿੱਚ ਫਿਰ ਉਹਦੇ ਵਿੱਚ ਉਹਦੀ ਸਾਫ਼ ਫੋਟੋਆਂ ਆ ਰਹੀਆਂ ਜਦੋਂ ਉਹ ਉਤਾਰ ਕੇ ਇੱਧਰੋਂ ਦੌੜ ਕੇ ਬਾਹਰ ਨੂੰ ਜਾਂਦਾ ਵਾ। ਅਤੇ ਸਾਨੂੰ ਪੱਕਾ ਹੀ ਫਿਰ ਉਹ ਕਲੀਅਰ ਹੋ ਗਿਆ ਕਿ ਇਹਨੇ ਲਾਇਆ ਵਾ। ਉਸ ਤੋਂ ਉਪਰੰਤ ਕੀ ਕਰਦੇ ਆ, ਸਾਡੇ ਬਾਬਾ ਜੀ ਆ ਰਸਤੇ ਵਿੱਚ ਗੁਰਦੁਆਰਾ ਬਾਬਾ ਹਰਕ੍ਰਿਸ਼ਨ ਮਹਾਰਾਜ ਜੀ ਦਾ, ਉਹ ਸਾਨੂੰ ਬਾਬਾ ਜੀ ਦਾ ਫੋਨ ਆਉਂਦਾ ਤੇ ਬਾਬਾ ਜੀ ਅਸੀਂ ਕੈਮਰੇ ਆਪਣੇ ਵੇਖੀਏ। ਅਸੀਂ ਕਿਹਾ ਤੁਸੀਂ ਵੇਖੋ। ਜਦੋਂ ਉਹ ਆਪਣੇ ਕੈਮਰੇ ਵੇਖਦੇ ਆ, ਸਾਨੂੰ ਫਿਰ ਉਹਨਾਂ ਨੇ CCTV ਭੇਜੀ, ਉਹਦੇ ਵਿੱਚ ਕੀ ਉਹ ਜਿਹੜਾ ਬੰਦਾ ਲਾ ਕੇ ਗਿਆ ਵਾ, ਉਹ ਉਹਨਾਂ ਨੂੰ ਕੈਂਠਿਆਂ ਨੂੰ ਰਸਤੇ ਦੇ ਵਿੱਚ ਇਸ ਤਰ੍ਹਾਂ ਵੇਹਦਾ ਜਾਂਦਾ ਵਾ, ਰਸਤੇ ਵਿੱਚ ਵੇਹਦਾ ਜਾਂਦਾ। ਤੇ ਜਦੋਂ ਫਿਰ ਉਹਨੂੰ ਪੱਕੇ ਕਲੀਅਰ ਹੋ ਗਿਆ ਵੀ ਸਾਡਾ ਸ਼ੱਕ ਅੱਗੇ ਇੱਥੇ ਆ, ਤੇ ਇਹ ਮਤਲਬ ਪੱਕੇ ਸਾਡਾ ਇਹ ਚੋਰ ਇਹ ਆ। ਇਹ ਕੈਂਠੇ ਵੀਰ ਜੀ 3-3 ਤੋਲੇ ਦਾ ਕੈਂਠਾ ਸੀ, ਗੋਲਡ ਦੇ ਵਿੱਚ ਬਣੇ, ਸੋਨੇ ਦੇ ਵਿੱਚ ਕੈਂਠੇ ਬਣੇ ਸੀ। ਕੋਈ ਸਾਡੇ ਸ਼ਰਧਾਲੂਆਂ ਪਹਿਲਾਂ ਚੜ੍ਹਾਈ, ਉਸ ਤੋਂ ਕੋਈ ਥੋੜ੍ਹੇ ਹੌਲੇ ਸੀ, ਫਿਰ ਸਾਡੇ ਮਤਲਬ ਇਹ ਡੇਰੇ ਵੱਲੋਂ ਹੋਰ ਭਾਰੇ ਕਰਕੇ ਸੰਤਾਂ ਦੇ ਗੱਲ ਵਿੱਚ ਪਏ, 3-3 ਤੋਲੇ ਦਾ ਕੈਂਠਾ ਸੀ। ਅਸੀਂ ਪੁਲਿਸ ਨੂੰ ਰਿਪੋਰਟ ਕੀਤੀ ਆ, ਪੁਲਿਸ ਨੇ FIR ਦਰਜ ਕੀਤੀ ਆ, ਪਰ ਉਸ ਤੋਂ ਉਪਰੰਤ ਅਜੇ ਗਾੜੀ ਕੋਈ ਕਾਰਵਾਈ ਕੋਈ ਐਸੀ ਨਹੀਂ ਚੱਲ ਰਹੀ ਜਿਹਦੇ ਨਾਲ ਕੋਈ ਮਤਲਬ ਦੋਸ਼ੀ ਕੋਈ ਤਬਦੀਲ ਦੇ ਵਿੱਚ ਗਾੜੀ ਕਲੀਅਰ ਆ ਜੇ, ਉਹ ਕਾਰਵਾਈ ਚੱਲ ਰਹੀ। ਪਰਚਾ ਪੁਲਿਸ ਨੇ ਦਰਜ ਕੀਤਾ, FIR ਸਾਨੂੰ ਉਹਨਾਂ ਦਿੱਤੀ ਆ। ਦੇਖਣ ਚ ਆਇਆ ਕਿ ਦਿਨ ਬ ਦਿਨ ਗੁਰੂ ਘਰਾਂ ਦੇ ਵਿੱਚ ਚੋਰੀਆਂ ਦੀ ਘਟਨਾਵਾਂ ਵੱਧ ਰਹੀਆਂ ਵਾ, ਮੋਟਰਸਾਈਕਲ ਚੁੱਕਿਆ, ਕਦੀ ਗੱਡੀ ਚੁੱਕੀ ਗਈ, ਕਦੀ ਸਾਡੇ ਸਟਾਰਟਰ ਲੈ ਗਏ। ਮੇਨ ਵੀਰ ਜੀ ਜੋ ਸਾਨੂੰ ਇਲਾਕੇ ਦੀ ਵੀ ਰਿਪੋਰਟ ਆ, ਜੋ ਸਾਡੇ ਨਾਲ ਭਾਣਾ ਵਾਪਰਿਆ ਵਾ, ਬਿਲਕੁਲ ਇਹ ਨਸ਼ੇ ਦਾ ਹੀ ਕਾਰਨ ਆ, ਨਸ਼ੇ ਦਾ ਕਾਰਨ ਆ। ਕੁਝ ਸਰਕਾਰਾਂ ਨੂੰ ਇਹ ਚੀਜ਼ ਤੇ ਧਿਆਨ ਦੇਣਾ ਚਾਹੀਦਾ ਵਾ ਕਿ ਜਿਹੜਾ ਦਿਨ ਬਾ ਦਿਨ ਮਤਲਬ ਇਸ ਚੀਜ਼ ਦੇ ਵਿੱਚ ਆਪਾਂ ਪੰਜਾਬ ਆਪਣੇ ਨੌਜਵਾਨ ਉੱਠਦੀ ਜਾਣ ਰਹੀ ਆ, ਬਿਲਕੁਲ ਇਸ ਚੀਜ਼ 'ਤੇ ਕਾਬੂ ਪਾ ਕੇ ਮਤਲਬ ਸੁੱਖ ਦੀ ਨੀਂਦ ਹਰ ਇੱਕ ਨੂੰ ਸੌਣਾ ਚਾਹੀਦਾ ਵਾ। ਹੁਣ ਵੇਖੋ ਸਾਡੇ ਨਾਲ ਐਡਾ ਵੱਡਾ ਭਾਣਾ ਵਾਪਰਿਆ ਵਾ, ਸਾਡੇ ਕੋਲ 10-20 ਸਿੰਘ ਵੀ ਆ, ਮਹਾਰਾਜ ਦੀ ਕਿਰਪਾ ਹਰ ਚੀਜ਼ ਸਾਨੂੰ ਗੁਰੂ ਦੀ ਕਿਰਪਾ ਨਾਲ ਮੁਹੱਈਆ ਵਾ, ਸਾਨੂੰ ਇਸ ਚੀਜ਼ ਦਾ ਭਾਣਾ ਸਾਡੇ ਨਾਲ ਵਾਪਰ ਗਿਆ ਵਾ। ਜਿਹੜੇ ਇਕੱਲੇ ਘਰੇ ਡੇਰਿਆਂ 'ਚ ਰਹਿ ਰਹੇ ਆ, ਇਕੱਲੇ ਘਰੇ ਵਹੀਕਲ 'ਚ ਰਹਿ ਰਹੇ ਆ, ਉਹਨਾਂ ਵਾਸਤੇ ਬਹੁਤ ਮੁਸ਼ਕਲ ਆ।